ਚੰਡੀਗੜ੍ਹ ਦੇ IMA ਦੇ ਵਿੱਚ ਅੱਜ ਇੱਕ ਸੈਮੀਨਾਰ ਕੀਤਾ ਗਿਆ ਜਿਹਦੇ ਵਿੱਚ ਕਈ ਚੀਜ਼ਾਂ 'ਤੇ ਚਰਚਾ ਕੀਤੀ ਗਈ ਹੈ, ਜਿਹਦੇ ਵਿੱਚ ਜਿਹੜੇ ਪ੍ਰੀ ਮੈਚਿਓਰ ਬੇਬੀਜ਼ ਹੁੰਦੇ ਆ ਉਹਨਾਂ ਦੀ ਕਿੰਨੀ ਕੁ ਦਰ ਜਿਹੜੀ ਇੰਡੀਆ ਦੇ ਵਿੱਚ ਜ਼ਿਆਦਾ ਹੈ, ਕਿਸ ਤਰ੍ਹਾਂ ਚੀਜ਼ਾਂ ਹੋਣੀ ਚਾਹੀਦੀ ਆ, ਕਈ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੇ ਸੀਨੀਅਰ ਡਾਕਟਰਸ ਨੇ ਉਹ ਅੱਜ ਇੱਥੇ ਮੌਜੂਦ ਨੇ ਸਾਡੇ ਨਾਲ। ਹੈੱਡ ਆਫ ਪੈਡੀਟ੍ਰਿਕ ਡਿਪਾਰਟਮੈਂਟ ਸੈਕਟਰ 16 ਡਾਕਟਰ ਸਦਭਾਵਨਾ ਪੰਡਿਤ ਸਾਡੇ ਨਾਲ ਨੇ। ਮੈਮ, ਕਿਉਂਕਿ ਅੱਜ ਸੈਮੀਨਾਰ ਜਿਹੜਾ ਹੋਇਆ ਉਹਦੇ ਵਿੱਚ ਪੇਰੈਂਟਸ ਵੀ ਆਏ ਨੇ, ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਡਿਸਕਸ ਹੋਇਆ, ਇਹ ਵੀ ਕਿੰਨੀ ਕੁ ਸੱਚਾਈ ਹੈ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਪ੍ਰੀ ਮੈਚਿਓਰ ਬੇਬੀਜ਼ ਹੁੰਦੇ ਉਹਨਾਂ ਦੀ ਤਾਦਾਦ ਜ਼ਿਆਦਾ? ਇੰਡੀਆ ਦੇ ਵਿੱਚ ਪ੍ਰੀ ਮੈਚਿਓਰ ਬੇਬੀਜ਼ ਦੀ ਤਾਦਾਦ ਹੈ ਆਲਮੋਸਟ 1 in, ਮਤਲਬ ਜਿੱਦਾਂ ਲਾ ਲਓ 8 ਚੰਡੀਗੜ੍ਹ ਦੇ ਵਿੱਚ 8/1000 ਦਾ ਇੱਕ ਮ੍ਰਿਤਯੂ ਦਰ ਰੇਟ ਹੈਗਾ, ਜਿਹਦੀ ਕੰਟਰੀਬਿਊਸ਼ਨ ਹੈਗੀ ਹੈ ਫਰੋਮ ਦਾ ਪ੍ਰੀ ਮੈਚਿਓਰ ਜਾਂ ਦੂਜੇ ਨੋਰਮਲ ਜਿਹੜੇ ਬੱਚੇ ਜਿਹੜੇ ਬਿਮਾਰ ਹੁੰਦੇ ਆ, ਠੀਕ ਹੈ। ਸੋ ਮੋਸਟਲੀ ਜਿਹੜੇ ਬੱਚੇ ਪੈਦਾ ਹੁੰਦੇ ਆ ਜੇ ਮੌਤ ਦੇ ਜਿਹੜੇ ਉਹ ਐਕਸਪੋਜ਼ ਹੁੰਦੇ ਆ ਔਰ ਰਿਸਕ 'ਚ ਬਣਦੇ ਹੈਗੇ, ਜਾਂ ਤਾਂ ਲੋ ਬਰਥ ਵੇਟ ਹੈ ਵੀ ਜਿਹਦਾ ਵਜ਼ਨ 2.5 ਕਿਲੋ ਤੋਂ ਥੱਲੇ ਵਾਲਾ ਬੱਚਾ ਹੈ, ਜਾਂ ਟਾਈਮ ਤੋਂ ਪਹਿਲਾਂ ਬੱਚਾ ਪੈਦਾ ਹੋਇਆ। ਸੋ ਜਿੰਨਾ ਟਾਈਮ ਤੋਂ ਪਹਿਲਾਂ ਜਿੰਨਾ 7ਵਾਂ ਮਹੀਨਾ 8ਵੇਂ ਮਹੀਨੇ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਹੁੰਦੇ ਆ ਉਹਨਾਂ ਨੂੰ ਥੋੜਾ ਲਾਈਫ ਦਾ ਰਿਸਕ ਹੁੰਦਾ। ਉਹ ਲਾਈਫ ਦਾ ਰਿਸਕ ਉਹਨਾਂ ਦੇ ਵਿੱਚ ਕਿਉਂ ਹੁੰਦਾ ਕਿ ਉਹਨਾਂ ਨੂੰ ਸਾਹ ਦੀ ਤਕਲੀਫ ਹੋ ਜਾਂਦੀ ਹੈ ਜਨਮ ਤੇ ਪੈਦਾ ਹੁੰਦੇ ਹੀ, ਤੇ ਉਹਨਾਂ ਨੂੰ ਫਿਰ ਉਸ ਵੇਲੇ ਆਰਟੀਫਿਸ਼ਲ ਮਸ਼ੀਨਾਂ ਜਾਂ ਆਕਸੀਜਨ ਦੇਣ ਦੀ ਜਾਂ ਉਹਨਾਂ ਦੇ ਸਾਹ ਰੁਕਣ ਦੀ ਮਤਲਬ ਨੌਬਤ ਆ ਜਾਂਦੀ ਹੈ। ਸੋ ਵਿਚ ਕੈਨ ਲੀਡ ਟੂ ਮਤਲਬ ਬੱਚੇ ਦੀ ਲਾਈਫ ਨੂੰ ਰਿਸਕ ਹੋ ਜਾਂਦਾ। ਰੀਜ਼ਨ ਕੀ ਰਿਹਾ ਜਿਹੜਾ ਲਗਾਤਾਰ ਸਰਵੇ ਹੋਏ ਆ, ਤੁਸੀਂ ਵੀ ਲਗਾਤਾਰ ਪੇਸ਼ੈਂਟਸ ਨੂੰ ਦੇਖਦੇ, ਇਹ ਰੀਜ਼ਨ ਕੀ ਰਿਹਾ ਕਿ ਜਿਹੜੇ ਪ੍ਰੀਮੈਚਿਓਰ ਬੇਬੀਜ਼ ਹੈ ਉਹ ਹੋ ਜਾਂਦੇ ਆ? ਉਹਦੇ ਵਿੱਚ ਮਲਟੀਪਲ ਰੀਜ਼ਨਸ ਹੁੰਦੇ ਆ, ਜਿਹੜੇ ਮਾਂ ਦੇ ਕਾਰਨ ਰੀਜ਼ਨਸ ਹੁੰਦੇ ਆ, ਜਿੱਦਾਂ ਅਸੀਂ ਸੁਣਦੇ ਆ ਕਿ ਹਾਈ ਰਿਸਕ ਪ੍ਰੈਗਨੈਂਸੀ ਬਣ ਜਾਂਦੀ ਹੈ। ਹਾਈ ਰਿਸਕ ਪ੍ਰੈਗਨੈਂਸੀ ਕਿਹਨੂੰ ਕਹਿੰਦੇ ਹੈਗੇ? ਜਿਹਦੇ ਵਿੱਚ ਬੱਚਾ ਅੰਦਰ ਉਹਦੀ ਲਾਈਫ ਨੂੰ ਰਿਸਕ ਹੋ ਗਿਆ। ਤੇ ਕਾਮਨ ਕਾਰਨ ਜਿਹੜੇ ਹਾਈ ਰਿਸਕ ਪ੍ਰੈਗਨੈਂਸੀ ਦੇ ਹੈਗੇ ਆ ਉਹ ਇਹ ਹੈਗੇ ਕਿ ਮਦਰ ਨੂੰ ਕੋਈ ਬਿਮਾਰੀਆਂ ਹੋਣ, ਕੋਈ ਮਦਰ 'ਚ ਹਾਰਟ ਡਿਜ਼ੀਜ਼ ਹੈ, ਕੋਈ ਕਿਡਨੀ ਡਿਜ਼ੀਜ਼ ਹੈ, ਮਦਰ ਦੀ ਮਤਲਬ ਆਪਣੀ ਕੋਈ ਅਨੀਮੀਆ ਦੀ ਪ੍ਰੋਬਲਮ ਹੈ, ਖੂਨ ਦੀ ਕਮੀ ਹੈਗੀ ਹੈ, ਜਾਂ ਮਾਂ ਨੂੰ ਖੂਨ ਚੱਲ ਪਿਆ, ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਜਾਂ ਉਹਨੂੰ ਡਾਇਬਟੀਜ਼ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਹੀ ਰਹੇ ਹੋ ਕਿ ਔਨ ਦਾ ਰਾਈਜ਼ ਹੈਗੀਆਂ ਲਾਈਫ ਸਟਾਈਲ ਡਿਜ਼ੀਜ਼ ਹੈਗੀਆਂ, ਇਹ ਔਨ ਦਾ ਰਾਈਜ਼ ਹੈ, ਇਸ ਕਰਕੇ ਮਦਰ ਔਰ ਬੇਬੀ ਬੋਥ ਐਟ ਰਿਸਕ ਹੋ ਜਾਂਦੇ ਆ। ਕਿਸ ਤਰ੍ਹਾਂ ਦਾ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਚੀਜ਼ਾਂ ਜਿਹੜੀ ਹੈਗੀ? ਇੱਕ ਤਾਂ ਇਹਨਾਂ ਦੀ ਟਾਈਮਲੀ ਡਿਟੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਟਾਈਮਲੀ ਡਿਟੈਕਸ਼ਨ ਦਾ ਮਤਲਬ ਹੈ ਜਿੱਦਾਂ ਹੀ ਪ੍ਰੈਗਨੈਂਸੀ ਹੁੰਦੀ ਹੈ, ਜਿੱਦਾਂ ਹੀ ਪੀਰੀਅਡਸ ਮਿਸ ਹੁੰਦੇ ਆ, ਉਸ ਦੇ ਨਾਲ ਦੀ ਨਾਲ ਬੱਚਾ ਮਦਰ ਜਾ ਕੇ ਆਪਣੇ ਚੈੱਕਅਪ ਕਰਾਏ ਕਿਸੇ ਵੀ ਹੈਲਥ ਸੈਂਟਰ, ਕਿਸੇ ਵੀ ਫੈਸਿਲਿਟੀ ਦੇ ਉੱਤੇ, ਠੀਕ ਹੈ। ਫੈਸਿਲਿਟੀਜ਼ ਪੂਰੀ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਹੈਗੀਆਂ। ਸੋ ਉਹ ਮੰਥਲੀ ਜਾ ਕੇ ਆਪਣੇ ਚੈੱਕਅਪਸ ਕਰਾਏ, ਡਿਲੀਵਰੀ ਦੇ ਟਾਈਮ ਤੋਂ ਪਹਿਲਾਂ ਵੀ ਵੀਕਲੀ ਜਾ ਕੇ ਕਰਾਏ, ਐਂਡ ਆਇਰਨ ਫੋਲਿਕ ਐਸਿਡ ਦਾ ਜਿਹੜੀ ਦਵਾਈ ਲਿਖੀ ਜਾਂਦੀ ਹੈ ਨੋਰਮਲ ਉਹ ਕੀਤੀ ਜਾਵੇ, ਐਂਡ ਇੰਜੈਕਸ਼ਨ ਜਿਹੜੇ ਹੈਗੇ ਆ ਟੈਟਨਸ ਦਾ ਟੀਕਾ ਜਾਂ ਬਾਕੀ ਜਿਹੜੇ ਪ੍ਰੀਵੈਂਟਿਵ ਇੰਜੈਕਸ਼ਨ ਹੈਗੇ ਉਹ ਲਗਵਾ, ਠੀਕ ਹੈ। ਔਰ ਲਾਈਫ ਸਟਾਈਲ ਦੀ ਅਸੀਂ ਗੱਲ ਕਰੀਏ, ਖਾਣ ਪੀਣ ਦੀ ਗੱਲ ਕਰੀਏ, ਉਹ ਵੀ ਕਾਫੀ ਜ਼ਿਆਦਾ ਅੱਜ ਕੱਲ ਚੇਂਜ ਹੋ ਚੁੱਕੀ ਹੈ। ਯੈਸ, ਬਿਕੋਜ਼ ਲਾਈਫ ਸਟਾਈਲ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਔਰ ਏਜ ਆਫ ਮੈਰਿਜ ਵੀ ਬਹੁਤ ਜ਼ਿਆਦਾ ਡਿਲੇ ਹੋ ਰਹੀ ਹੈ ਵਿਦ ਇਟਸੈਲਫ ਕਿ ਏਜ ਆਫ ਮੈਰਿਜ ਡੇ ਡਿਲੇ ਹੋਏਗੀ ਔਰ ਮਦਰ ਲੇਟ ਏਜ ਤੇ ਪ੍ਰੈਗਨੈਂਸੀ ਜਦ ਕਰਦੀਆਂ ਤੇ ਉਹਨਾਂ ਦੇ ਬੇਬੀਜ਼ ਨੂੰ ਰਿਸਕ ਹੋ ਜਾਂਦਾ ਕਿ ਉਹਨਾਂ ਦੇ ਬੱਚੇ ਕੱਲ ਨੂੰ ਮੈਲਫੋਰਮ ਵੀ ਪੈਦਾ ਹੋ ਸਕਦੇ ਆ। ਜਿੱਦਾਂ ਸਭ ਤੋਂ ਵੱਡੀ ਐਗਜ਼ਾਮਪਲ ਦੇਖਿਆ ਜਾਂਦਾ ਡਾਊਨਸ ਬੇਬੀ ਹੁੰਦੇ ਆ, ਮੰਗੋਲ ਬੇਬੀਜ਼ ਵਗੈਰਾ ਹੁੰਦੇ ਆ, ਠੀਕ ਹੈ। ਸੋ ਇਹ ਚੀਜ਼ਾਂ ਦੀ ਸਭ ਇਤਿਆਤ ਲੈਣੀ ਬਹੁਤ ਬਹੁਤ ਜ਼ਰੂਰੀ ਹੈ। ਟਾਈਮ ਸਪੈਸ਼ਲ ਚਾਈਲਡ ਹੁੰਦੇ ਮੈਮ ਇਹੀ ਕਾਰਨ ਹੁੰਦਾ ਹੈ ਦੇਖੋ ਸਪੈਸ਼ਲ ਚਾਈਲਡ ਤਾਂ ਕੋਈ ਵੀ ਕਾਰਨ ਆ, ਜਨਮ ਦੇ ਰਿਲੇਟਡ ਕਾਰਨ ਵੀ ਹੁੰਦੇ ਆ, ਜਨਮ ਤੋਂ ਬਾਅਦ ਜਿੱਦਾਂ ਕਿਸੇ ਬੱਚਿਆਂ ਨੂੰ ਦੌਰੇ ਪੈ ਜਾਂਦੇ ਆ, ਠੀਕ ਹੈ, ਕੋਈ ਬੱਚਿਆਂ ਨੂੰ ਦਿਮਾਗ ਦੀ ਇਨਫੈਕਸ਼ਨ ਹੋ ਜਾਂਦੀ ਹੈ, ਠੀਕ ਹੈ, ਜਾਂ ਜਮਾਂਦਰੂ ਅੰਦਰ ਕੋਈ ਕਮੀਆਂ ਹੁੰਦੀਆਂ ਤੇ ਉਹਦੇ ਵਜ੍ਹਾ ਨਾਲ ਉਹ ਸਪੈਸ਼ਲ ਚੱਲਣ ਦਾ ਰਿਸਕ। ਮੈਮ ਅੱਜ ਪੇਰੈਂਟਸ ਵੀ ਆਏ ਨੇ, ਤੁਸੀਂ ਵੀ ਕਾਫੀ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੀ ਚੀਜ਼ਾਂ ਹੋਣੀ ਚਾਹੀਦੀ, ਕਿਸ ਤਰ੍ਹਾਂ ਦੀ ਉਹ ਸਾਰਾ ਹਸਪੀਟਲ ਦੇ ਵਿੱਚ ਵੀ ਜਿਹੜਾ ਅਵੇਅਰਨੈਸ ਕੀਤਾ ਜਾਂਦਾ?
ਜੀ ਪੂਰੇ ਚੰਡੀਗੜ੍ਹ ਦੇ ਵਿੱਚ ਪੂਰੇ ਕੰਟਰੀ ਦੇ ਵਿੱਚ ਬਹੁਤ ਸਾਰੇ ਸੈਂਟਰਸ ਬਣ ਰਹੇ ਹੈ ਔਰ ਸਰਕਾਰ ਦਾ ਧਿਆਨ ਬਹੁਤ ਜ਼ਿਆਦਾ ਨਿਊ ਬੋਰਨ ਕੇਅਰ ਤੇ ਬਹੁਤ ਜ਼ਿਆਦਾ ਹੈਗਾ ਠੀਕ ਹੈ ਬਿਕੋਜ਼ ਜਿੱਦਾਂ ਕਹਿ ਰਹੇ ਸੀ ਸ਼ੁਰੂ ਚ ਗੱਲ ਹੋਈ ਹੈ ਕਿ ਮ੍ਰਿਤੂ ਦਰ ਨੂੰ ਘੱਟ ਕਰਨਾ ਹੈਗਾ ਤੇ ਮ੍ਰਿਤੂ ਦਰ ਨੂੰ ਜੇ ਘੱਟ ਕਰਨਾ ਜਾਂ ਡਿਸੇਬਿਲਿਟੀ ਨੂੰ ਘੱਟ ਕਰਨਾ ਬੱਚਿਆਂ ਦੇ ਵਿੱਚ ਤਾਂ ਨਿਊ ਬੋਰਨ ਕੇਅਰ ਨੂੰ ਬਹੁਤ ਜ਼ਿਆਦਾ ਸਟਰੈਂਥਨ ਕੀਤਾ ਜਾ ਰਿਹਾ ਤਾਂ ਤੁਸੀਂ ਦੇਖੋ ਕਿ ਪੂਰੀ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਸਪੈਸ਼ਲ ਕੇਅਰ ਨਿਊ ਬੋਰਨ ਯੂਨਿਟਸ ਖੁੱਲ ਚੁੱਕੇ ਹੈ ਔਰ ਉਹ ਬਹੁਤ ਸਟਰੈਂਥਨ ਹੋ ਰਹੇ ਹੈ ਨਿੱਕੂਜ਼ ਬਹੁਤ ਬਣ ਰਹੇ ਹੈ ਬੈਡਸ ਬਹੁਤ ਕ੍ਰੀਏਟ ਹੋ ਰਹੇ ਹੈ ਫੋਰ ਨਿਊ ਬੋਰਨ ਕੇਅਰ ਤੇ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਅੱਜ ਗੱਲਬਾਤ ਕੀਤੀ ਗਈ ਹੈ ਔਰ ਮਕਸਦ ਇਹੀ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਰੋਕਿਆ ਜਾਵੇ ਜਿਹੜੇ ਵੀ ਪ੍ਰੀਮੈਚੁਅਰ ਬੇਬੀਜ਼ ਹੁੰਦੇ ਨੇ ਕਈ ਚੀਜ਼ਾਂ ਦਾ ਖਤਰਾ ਵੀ ਹੁੰਦਾ ਲੇਕਿਨ ਲਾਈਫ ਸਟਾਈਲ ਕਾਫੀ ਜਿੱਦਾਂ ਚੇਂਜ ਹੋ ਰਿਹਾ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਉੱਭਰ ਕਰ ਸਾਹਮਣੇ ਆ ਰਹੀਆਂ ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜੀ ਪੰਜਾਬ।